समर्थ ना होने करके दे नहीं रहे लोग, इस करके असी वो 700 करोड़ रुपये वरज लीक मर रहे हैं, पुराने पानी के बकाए सारे शहर के माफ कर रहे हैं। बख बख रेट है, 105 रुपये है, फिर 150 है, फिर 250 है, फिर 300 है, प्लाट के साइज के नाल बढ़ते हैं। उन्होंने सारे फ्लैट करके 105 रुपये जिहड़ा मिनीमम रेट है उन्होंने भी असी अद तो घट ले आए हैं। 50 रुपये असी रेट फिक्स करता पूरे पंजाब दे विच। असी फैसला कर लिया कि क्लास डी दियां पोस्टां भी रेगुलर भर्ती होणगियां ते असी हुणे इन्हां नूं भर्ती शुरू करांगे। इन्हां दी जिन्नियां पोस्टां खाली है वह भरांगे। ਇਹ ਉਹ ਫੈਸਲੇ ਨੇ ਜਿਨ੍ਹਾਂ ਤੇ ਅੱਜ ਕੈਬਨਿਟ ਮੀਟਿੰਗ ਵਿੱਚ ਮੋਹਰ ਲਗਾਈ ਗਈ ਹੈ। ਬਿਜਲੀ ਦੇ ਬਿੱਲਾਂ ਤੋਂ ਬਾਅਦ ਹੁਣ ਪਾਣੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਵੱਡੀ ਰਾਹਤ ਦਿੱਤੀ ਹੈ। ਕੈਬਨਿਟ ਦੇ ਅਹਿਮ ਫੈਸਲੇ ਦੇ ਤਹਿਤ ਸ਼ਹਿਰਾਂ ਵਿੱਚ ਪਾਣੀ ਦੇ ਬਕਾਏ ਬਿੱਲ ਮਾਫ ਕੀਤੇ ਗਏ ਨੇ, ਜਿਸ ਵਿੱਚ 700 ਕਰੋੜ ਰੁਪਏ ਦਾ ਬਕਾਇਆ ਬਿੱਲ ਮਾਫ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਪਾਣੀ ਦੇ ਬਿੱਲ ਫਿਕਸ ਕੀਤੇ ਗਏ ਨੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਦੇ ਬਿੱਲ ਦਾ ਫਲੈਟ ਰੇਟ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਪਹਿਲਾਂ ਇਹ ਮਿਨੀਮਮ 106 ਰੁਪਏ ਸੀ, ਇਸ ਨਾਲ ਆਮ ਲੋਕਾਂ ਨੂੰ 70% ਦਾ ਫਾਇਦਾ ਹੋਏਗਾ। ਸ਼ਹਿਰਾਂ ਦੇ ਵਿੱਚ ਜਿਹੜੇ ਪਾਣੀ ਦੇ ਰੇਟ ਹੈ ਉਹ ਫਲੈਟ ਰੇਟ ਕੀਤਾ ਹੈ ਤੇ ਉਹਦੇ ਵਿੱਚ 700 ਕਰੋੜ ਰੁਪਏ ਦੇ ਬਕਾਏ ਹੈ ਜਿਹੜੇ ਲੋਕਾਂ ਦੇ ਖੜੇ ਹੈ। 700 ਕਰੋੜ ਸਮਰਥ ਨਾ ਹੋਣ ਕਰਕੇ ਦੇ ਨਹੀਂ ਰਹੇ ਲੋਕ, ਇਸ ਕਰਕੇ ਅਸੀਂ ਉਹ 700 ਕਰੋੜ ਰੁਪਈਏ ਵਰਜ ਲੀਕ ਮਰ ਰਹੇ ਹਾਂ, ਪੁਰਾਣੇ ਪਾਣੀ ਦੇ ਬਕਾਏ ਸਾਰੇ ਸ਼ਹਿਰਾਂ ਦੇ ਮਾਫ ਕਰ ਰਹੇ ਹਾਂ। ਜਿਹੜਾ ਪਾਣੀ ਦੀ ਟੈਂਕੀ ਪਰ ਟਿਊਬਵੈੱਲ ਲੱਗਿਆ ਹੋਇਆ, ਮੇਰੇ ਖੰਡ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਹਾਂ, 45 ਟਿਊਬਵੈੱਲ ਹੈ, ਉਹਨਾਂ ਦੇ ਸਾਰਿਆਂ ਦੇ ਬਿੱਲ ਅੱਗੇ ਤੋਂ ਪੰਜਾਬ ਸਰਕਾਰ ਭਰੇ ਕਰੇਗੀ ਅਤੇ ਕਮੇਟੀਆਂ 'ਤੇ ਉਸਦਾ ਲੋੜ ਨਹੀਂ ਪਏਗਾ, ਲੋਕਾਂ 'ਤੇ ਉਸਦਾ ਲੋੜ ਨਹੀਂ ਪਏਗਾ। ਹੁਣ ਰੇਟ ਹੈ ਜਿਹੜਾ 125 ਤੱਕ ਗਜ ਦੇ ਪਲਾਟ ਤੱਕ ਮਾਫ ਹੈ, ਉਹ ਉਸੇ ਤਰ੍ਹਾਂ ਮਾਫ ਰਹੇਗਾ, ਲੇਕਿਨ ਉਸ ਤੋਂ ਉੱਪਰ ਦੇ ਜਿਹੜੇ ਹੈ ਉਹ ਪਹਿਲਾਂ ਵੱਖ ਵੱਖ ਰੇਟ ਹੈ, 105 ਰੁਪਈਏ ਹੈ, ਫਿਰ 150 ਹੈ, ਫਿਰ 250 ਹੈ, ਫਿਰ 300 ਹੈ, ਪਲਾਟ ਦੇ ਸਾਈਜ਼ ਦੇ ਨਾਲ ਵੱਧਦੇ ਹੈ। ਉਹਨਾਂ ਸਾਰਿਆਂ ਨੂੰ ਫਲੈਟ ਕਰਕੇ 105 ਰੁਪਈਏ ਜਿਹੜਾ ਮਿਨੀਮਮ ਰੇਟ ਹੈ ਉਹਨੂੰ ਵੀ ਅਸੀਂ ਅੱਧ ਤੋਂ ਘੱਟ ਲੈ ਆਏ ਹੈ, 50 ਰੁਪਈਏ ਅਸੀਂ ਰੇਟ ਫਿਕਸ ਕਰਤਾ ਪੂਰੇ ਪੰਜਾਬ ਦੇ ਵਿੱਚ। ਪੰਜਾਬ ਵਿੱਚ ਵੱਖ-ਵੱਖ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਚਾਹੇ ਉਹ ਅਧਿਆਪਕ ਹੋਣ, ਬੱਸ ਕਰਮਚਾਰੀ ਹੋਣ ਜਾਂ ਫਿਰ ਕੋਈ ਹੋਰ, ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਜਿਸ ਨੂੰ ਵੇਖਦੇ ਹੋਏ ਹੁਣ ਸੀਐਮ ਚਰਨਜੀਤ ਸਿੰਘ ਚੰਨੀ ਨੇ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ। ਡੀ ਕਲਾਸ ਦੇ ਲਈ ਹੁਣ ਰੈਗੂਲਰ ਭਰਤੀ ਕੀਤੀ ਜਾਏਗੀ, ਠੇਕੇ ਉੱਤੇ ਕੋਈ ਭਰਤੀ ਨਹੀਂ ਹੋਵੇਗੀ। ਡੀ ਕਲਾਸ ਹੈ ਜਿਹਦੇ ਵਿੱਚ ਚਪੜਾਸੀ, ਜਿਹਦੇ ਵਿੱਚ ਡਰਾਈਵਰ, ਜਿਹਦੇ 'ਚ ਬੇਲਦਾਰ, ਜਿਹਦੇ 'ਚ ਟੈਕਨੀਸ਼ੀਅਨ, ਜ਼ਿਆਦਾ ਗਿਣਤੀ ਜਿਹੜੀ ਜਿਹੜੇ ਬੰਦੇ ਨੇ ਪਲੱਸ ਟੂ ਕੀਤੀ ਹੈ, ਬੀ ਏ ਤੱਕ ਇਹ ਰੁਕ ਗਿਆ, ਜਾਂ ਗਰੀਬ ਪਰਿਵਾਰਾਂ ਦੇ ਬੰਦੇ, ਮਿਡਲ ਕਲਾਸ ਦੇ ਬੰਦੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉਹਨਾਂ ਨੇ ਤਾਂ ਇਹੀ ਕੁਛ ਲੱਗਣਾ ਹੁੰਦਾ। ਉਹਨਾਂ ਦੀਆਂ ਜਿਹੜੀ ਭਰਤੀ ਹੈ ਉਹ ਆਊਟਸੋਰਸ ਕਰ ਦਿੱਤੀ ਸੀ। ਅਸੀਂ ਉਸ ਡਿਸੀਜਨ ਨੂੰ ਸਰਕਾਰ ਦੇ ਨੂੰ ਬਦਲ ਰਹੇ ਹਾਂ। ਅਸੀਂ ਫੈਸਲਾ ਕਰ ਲਿਆ ਕਿ ਕਲਾਸ ਡੀ ਦੀਆਂ ਪੋਸਟਾਂ ਵੀ ਰੈਗੂਲਰ ਭਰਤੀ ਹੋਣਗੀਆਂ ਅਤੇ ਅਸੀਂ ਹੁਣੇ ਇਹਨਾਂ ਨੂੰ ਭਰਤੀ ਸ਼ੁਰੂ ਕਰਾਂਗੇ। ਇਹਨਾਂ ਦੀ ਜਿੰਨੀਆਂ ਪੋਸਟਾਂ ਖਾਲੀ ਹੈ ਉਹ ਭਰਾਂਗੇ। ਹਾਲਾਂਕਿ ਜੋ ਕੱਚੇ ਮੁਲਾਜ਼ਮ ਪੱਕਾ ਕਰਨ ਦੀ ਮੰਗ ਕਰ ਰਹੇ ਨੇ, ਉਹਨਾਂ ਦੇ ਲਈ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹ ਨਵੀਂ ਪਾਲਿਸੀ ਲਿਆਉਣ ਦਾ ਕੰਮ ਕਰ ਰਹੇ ਨੇ ਤੇ ਜ਼ਿਆਦਾ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਰੱਖਣ ਦੀ ਕੋਸ਼ਿਸ਼ ਕਰਨਗੇ। ਫਿਲਹਾਲ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਲਗਾਤਾਰ ਐਕਟਿਵ ਮੋਡ ਤੇ ਵਿਖ ਰਹੇ ਨੇ। ਪਹਿਲਾਂ 2 ਕਿਲੋਵਾਟ ਤੱਕ ਦਾ ਬਿਜਲੀ ਦਾ ਬਕਾਇਆ ਬਿੱਲ ਤੇ ਹੁਣ ਪਾਣੀ ਦਾ ਬਿੱਲ ਮਾਫ ਕਰ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਗਈ ਹੈ।